ਇੱਕ ਚਮਤਕਾਰ ਮੇਜਰ ਮੁਹੰਮਦ ਸਾਦਕ ਜੀ ਦੀ ਜ਼ਬਾਨੀ ਆਪਣੀ ਵਾਰਤਾ ਇੱਕ ਪੁਸਤਕ ਦੇ ਮੁੱਖ ਬੰਦ ਵਿੱਚ ਛਪੀ ਹੈ। ਇਹ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਅੰਗਰੇਜ਼ੀ ਪਹਿਲੀ ਵਾਰ 1945 ਵਿੱਚ ਸਰਦਾਰ ਭਗਤ ਸਿੰਘ ਨੇ ਲਿਖੀ ਤੇ ਛਪਵਾਈ। 1976 ਵਿੱਚ ਇਸ ਪੁਸਤਕ ਨੂੰ ਖੁਰਸ਼ੀਦ ਅਹਿਮਦ ਅਨਵਰ ਨੇ ਰਾਵਲ ਪਿੰਡੀ ਤੋਂ ਦੁਬਾਰਾ ਛਪਵਾਇਆ। ਇਹਨਾਂ 31 ਸਾਲਾਂ ਦੌਰਾਨ ਅਨਵਰ ਸਾਹਿਬ ਦੇ ਮਿੱਤਰ ਜੋ ਪਾਕਿਸਤਾਨ ਫੌਜ ਦੇ ਰਿਟਾਇਰਡ ਮੇਜਰ ਸਨ, ਉਹਨਾਂ ਨੂੰ ਸ੍ਰੀ ਪੰਜਾ ਸਾਹਿਬ ਵਿਖੇ ਸਿਕਿਉਰਿਟੀ ਗਾਰਡ ਦਾ ਅਫਸਰ ਨਿਯੁਕਤ ਕੀਤਾ ਗਿਆ। ਉਹ 10 ਸਾਲ ਤੋਂ ਵੱਧ ਇਸ ਅਸਥਾਨ ਤੇ ਸਿਕਿਉਰਿਟੀ ਅਫਸਰ ਰਹੇ। ਇਹਨਾਂ 10 ਸਾਲਾਂ ਦੌਰਾਨ ਉਹਨਾਂ ਨੇ 2 ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਕੀਤੇ, ਜਿਸ ਨੂੰ ਉਹਨਾਂ ਵੱਲੋਂ ਉਸ ਕਿਤਾਬ ਦੇ ਮੁੱਖ ਬੰਦ ਵਜੋਂ ਛਾਪਿਆ ਗਿਆ। ਇਸ ਸਾਰੀ ਵਾਰਤਾ ਨੂੰ ਦਿੱਲੀ ਦੇ ਹਫ਼ਤਾਵਾਰ ਅਖਬਾਰ ਸ਼ੇਰੇ ਪੰਜਾਬ ਨੇ 25 ਮਈ 1975 ਨੂੰ ਛਾਪਿਆ ਸੀ। ਮੇਜਰ ਸਾਦਕ ਨੇ ਜੋ ਮੁੱਖ ਬੰਦ 1976 ਵਿੱਚ ਲਿਖਿਆ ਸੀ, ਉਸਦਾ ਪੰਜਾਬੀ ਅਨੁਵਾਦ ਪਾਠਕਾਂ ਲਈ ਹੇਠਾਂ ਦਿੱਤਾ ਜਾ ਰਿਹਾ ਹੈ। ਬਚਪਨ ਤੋਂ ਹੀ ਮੇਰੇ ਮਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਬੜੀ ਸ਼ਰਧਾ ਅਤੇ ਆਦਰ ਸਤਿਕਾਰ ਭਾਵਨਾ ਸੀ। ਉਹਨਾਂ ਦੇ ਉਪਦੇਸ਼ ਕਿਤਨੇ ਮਹਾਨ ਅਤੇ ਕਿਤਨੇ ਸਾਦੇ ਸ਼ਬਦਾਂ ਵਿੱਚ ਹਨ। ਵੱਡਾ ਹੋ ਕੇ ਮੈਂ ਉਹਨਾਂ ਦੀਆਂ ਰਚਨਾਵਾਂ ਬੜੇ ਧਿਆਨ ਨਾਲ ਪੜ੍ਹੀਆਂ ਅਤੇ ਇਉਂ ਮੇਰੇ ਮਨ ਉੱਤੇ ਇਹੋ ਜਿਹੇ ਮਹਾਂਪੁਰਸ਼ ਦਾ ਚਿੱਤਰ ਉਲੀਕਿਆ ਗਿਆ। ਉਹਨਾਂ ਦਿਨਾਂ ਵਿੱਚ ਮੈਂ ਕਦੀ ਸੋਚ ਵੀ ਨਹੀਂ ਸੀ ਸਕਦਾ ਕਿ ਕਦੇ ਮੇਰੇ ਵੀ ਭਾਗ ਜਾਗਣਗੇ ਤੇ ਮੈਨੂੰ ਉਹਨਾਂ ਦੇ ਨਾਮ ਤੇ ਬਣੇ ਤੀਰਥ ਅਸਥਾਨ ਦੀ ਸੇਵਾ ਸੰਭਾਲਦਾ ਕੰਮ ਸੌਂਪਿਆ ਜਾਵੇਗਾ। ਮੈਂ ਸਮਝਦਾ ਹਾਂ ਕਿ ਮੇਰੀ ਉਹਨਾਂ ਲਈ ਭਾਵਨੀ ਨੂੰ ਫਲ ਲੱਗਾ ਤੇ ਇਹ ਸੇਵਾ ਮਿਲੀ। ਪਿਛਲੇ 10 ਸਾਲਾਂ ਤੋਂ ਮੈਂ ਇਸ ਅਸਥਾਨ ਦੀ ਸੇਵਾ ਕਰ ਰਿਹਾ ਹਾਂ। ਪੰਜਾ ਸਾਹਿਬ ਦੇ ਅੰਦਰ ਹੀ ਮੇਰਾ ਦਫ਼ਤਰ ਹੈ ਤੇ ਕੁਝ ਹੋਰ ਕਮਰੇ ਹਨ ਜਿੱਥੇ ਮੈਂ ਕੰਮ ਕਰਦਾ ਹਾਂ ਤੇ ਕਈ ਵਾਰ ਰਾਤ ਨੂੰ ਵੀ ਉੱਥੇ ਆਰਾਮ ਕਰਦਾ ਹਾਂ। ਇੱਕ ਰਾਤ ਬੜੀ ਅਜੀਬ ਘਟਨਾ ਘਟੀ। ਮੈਂ ਤੜਕਸਾਰ ਜਦੋਂ ਉੱਠਿਆ, ਨਮਾਜ਼ ਤੋਂ ਆਪਣੇ ਕਮਰੇ ਵਿੱਚੋਂ ਬਾਹਰ ਆਇਆ ਤਾਂ ਕੀ ਵੇਖਦਾ ਹਾਂ, ਸ੍ਰੀ ਹਰਿਮੰਦਰ ਸਾਹਿਬ ਰੋਸ਼ਨੀ ਨਾਲ ਨੂਰੋ ਨੂਰ ਹੋਇਆ ਪਿਆ ਸੀ। ਪਹਿਲਾ ਪ੍ਰਸ਼ਨ ਮੇਰੇ ਮਨ ਵਿੱਚ ਇਹ ਉੱਠਿਆ ਕਿ ਬਿਨਾਂ ਮੇਰੀ ਆਗਿਆ ਦੇ ਸ੍ਰੀ ਦਰਬਾਰ ਸਾਹਿਬ ਦਾ ਜੰਦਰਾ ਕੋਈ ਖੋਲ ਨਹੀਂ ਸਕਦਾ, ਅੰਦਰ ਇਤਨੀ ਤੇਜ ਰੋਸ਼ਨੀ ਕਿਵੇਂ। ਚੁਪਕੇ ਚੁਪਕੇ ਮਲਕੜੇ ਜਿਹੇ ਮੈਂ ਹੌਲੀ ਜਿਹੀ ਦਰਵਾਜ਼ਾ ਖੋਲਿਆ। ਅੰਦਰ ਇੱਕ ਬੜੀ ਅਦਭੁਤ ਅਤੇ ਪ੍ਰਭਾਵਸ਼ਾਲੀ ਰੋਸ਼ਨੀ ਸੀ, ਜਿਸਨੇ ਮੇਰੇ ਮਨ ਤੇ ਇੱਕ ਡੂੰਘੀ ਛਾਪ ਲਾਈ ਜਿਸ ਨੂੰ ਮੈਂ ਅਜੇ ਤੱਕ ਨਹੀਂ ਭੁੱਲ ਸਕਿਆ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬਿਜਲੀ ਦੇ ਚਾਨਣੇ ਨਾਲੋਂ ਵਧੇਰੇ ਸ਼ਕਤੀਸ਼ਾਲੀ ਅੱਖਾਂ ਚੁੰਧਿਆ ਦੇਣ ਵਾਲੀ ਰੋਸ਼ਨੀ ਸੀ। ਅੰਦਰ ਮੈਂ ਕੀ ਵੇਖਦਾ ਹਾਂ ਕਿ ਇੱਕ ਹਸਤੀ ਚਿੱਟੇ ਦੁੱਧ ਕੱਪੜਿਆਂ ਵਿੱਚ ਖਲੋਤੀ ਹੈ ਅਤੇ ਨਾਲ ਉਸਦੇ 2 ਸੇਵਕ ਹੋਰ ਵੀ ਹਨ। ਮੈਂ ਇੱਕਦਮ ਉਹਨਾਂ ਦੇ ਚਰਨੀ ਜਾ ਡਿੱਗਾ। ਉਹਨਾਂ ਨੇ ਮੇਰਾ ਸਿਰ ਪਲੋਸਿਆ। ਮੈਂ ਆਪਣੇ ਆਪ ਨੂੰ ਵਡਭਾਗਾ ਅਤੇ ਮੈਂ ਖੁਸ਼ਕਿਸਮਤ ਇਨਸਾਨ ਸਮਝਦਾ ਹਾਂ ਕਿ ਅੱਲਾ ਤਾਲਾ ਨੇ ਮੇਰੇ ਤੇ ਖਾਸ ਰਹਿਮਤ ਕੀਤੀ ਹੈ। ਪਰ ਜਦੋਂ ਮੱਥਾ ਟੇਕ ਕੇ ਸਿਰ ਚੁੱਕਿਆ ਤਾਂ ਮੇਰੇ 4 ਚਫੇਰੇ ਹਨੇਰਾ ਹੀ ਹਨੇਰਾ ਸੀ। ਉਹ ਰੋਸ਼ਨੀ ਅਲੋਪ ਹੋ ਗਈ। ਉੱਥੇ ਬਿਜਲੀ ਦੀ ਰੋਸ਼ਨੀ ਵੀ ਨਹੀਂ ਸੀ। ਗੁਰੂ ਮਹਾਰਾਜ ਆਪਣੇ ਸੇਵਕਾਂ ਸਮੇਤ ਅਲੋਪ ਹੋ ਚੁੱਕੇ ਸਨ ਅਤੇ ਮੈਂ ਇੱਕ ਅਨੂਠੇ ਜਿਹੇ ਰਸ ਵਿੱਚ ਮਗਨ ਹੋ ਕੇ ਉੱਥੇ ਕਿੰਨਾ ਚਿਰ ਖੜਾ ਰਿਹਾ। ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਕੋਈ ਸਮਾਂ ਪਾ ਕੇ ਸ੍ਰੀ ਪੰਜਾ ਸਾਹਿਬ ਸੰਬੰਧੀ ਕਈ ਪ੍ਰਕਾਰ ਦੀਆਂ ਲੋਕ ਕਥਾਵਾਂ ਪ੍ਰਚਲਿਤ ਹੋ ਗਈਆਂ। ਕੋਈ ਕਹਿੰਦਾ ਇਹ ਅਸਥਾਨ ਬੁੱਧੀਆਂ ਦਾ ਹੈ ਅਤੇ ਕੋਈ ਇਸ ਨੂੰ ਮੁਸਲਮਾਨਾਂ ਦੀ ਜ਼ਿਆਰਤ ਗਾਹ ਦੱਸਦਾ। ਕੋਈ ਕਹਿੰਦੇ ਸਨ ਕਿ ਇਸ ਅਸਥਾਨ ਤੇ ਹਜ਼ਰਤ ਬਾਬਾ ਸ਼ੇਖ ਫਰੀਦ ਜੀ ਆਏ ਸਨ, ਇਸ ਕਰਕੇ ਇਸ ਅਸਥਾਨ ਨੂੰ ਉਹ ਆਪਣਾ ਦੱਸ ਕੇ ਇਸ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਪਰ ਮੈਨੂੰ ਤਾਂ ਪਤਾ ਸੀ ਕਿ ਇਹ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ। ਫਿਰ ਵੀ ਮੈਂ ਹੋਰ ਸੱਚ ਜਾਣਨ ਲਈ ਫਿਕਰਮੰਦ ਸਾਂ ਤੇ ਇੱਕ ਰਾਤ ਤਾਂ ਮੈਂ ਸੌਂ ਨਹੀਂ ਸਕਿਆ। ਮਨੋ ਮਨ ਮੈਂ ਗੁਰੂ ਮਹਾਰਾਜ ਨੂੰ ਇਹ ਬੇਨਤੀ ਕਰਦਾ ਰਿਹਾ
कि कृपा करके इस अस्थान की सच्चाई मेरे उत्ते प्रगट करो। मेरी दुआ महाराज ने कबूल की। अमृत वेले जदों मैं नमाज तो पहला इशनान कर ली सरोवर वल गया तां पंजे वाली थां ते गुरु महाराज उसी तरह की चमकीली अते अलौकिक चानने की मूर्ति सामने दिसे अते मैनू संबोधन होके कहन लगे, देखो यह पंजा मेरा है, किसी होर दा नहीं, केवल मेरा पंजा है अते यह सत है। यह कह के ओह चानने वाली मूर्ति गायब हो गई। मैं उस आनंद विच विस्मादित दशा विच हक्का बक्का खड़ा रहा। फिर मैं थोड़ी देर बाद उच्ची उच्ची कहन लग पिया, हां यह पंजा तुहाडा है, हां यह तुहाडा पंजा है, बेशक यह तुहाडा है, किसी होर दा नहीं, केवल तुहाडा पंजा है। मेरे शब्द तड़क सार दी एकांत विच सारे वाजू मंडल विच गूंज गए अते फिर मैं फैसला कर लिया कि मैं इस सच दी आवाज नूं दुनिया दे कोने कोने तक पहुंचावांगा। मैं सरदार जंग बहादुर सिंह दा धन्नवादी हां जिसने मेरे उपरोक्त हड बीते अनुभवां नूं अपने हफ्तावार अखबार शेरे पंजाब विच 25 मई 1975 नूं छापिया। उपरोक्त अद्भुत घटनावां ने मैनूं मजबूर कीता ते अपने मित्र जनाब खुर्शीद अहमद अनवर नूं सहायता लई बेनती कीती कि श्री गुरु नानक देव जी दे इस पैगंबरी सुनेहे नूं दुनिया दे कोने कोने विच पहुंचाया जा सके। अनवर साहिब 1932 तों जनरल जिम विच लगे हुए सन। उन्हां मेरी बेनती नूं प्रवान करदिआं सरदार भगत सिंह दी लिखी पुस्तक नूं मुड़ के छाप दिता। जो भी इस पुस्तक नूं पढ़दा है ओह श्री गुरु नानक देव जी दे रब्बी संदेश नाल जरूर जुड़दा है। इउं असीं सारे उन्हां दे रब्बी उपदेशां दे सांझीवाल हो जांदे हां।